ਆਓ ਪੁੱਛੀ ਜਾਵੇ ਵਾਰ ਵਾਰ ਮੈਨੂੰ ਦੱਸ ਕਿਹੜੇ ਜ਼ਿਲ੍ਹੇ ਜਾਣਾ। ਹਾਂਜੀ, ਕੰਬੋਜਰ ਰਗੜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਇਸ ਵੀਡੀਓ ਵਿੱਚ ਆਪਾਂ ਕਰਨ ਔਜਲਾ ਦੇ ਹੂ ਦੇ ਗਾਣੇ ਬਾਰੇ ਗੱਲਬਾਤ ਕਰਾਂਗੇ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਹੀ ਕਰਨ ਔਜਲਾ ਵੱਲੋਂ ਫੋਰਮੀ ਈਪੀ ਦੇ ਦੂਜੇ ਗਾਣੇ ਦੀ ਆਉਣ ਵਾਲੀ ਵੀਡੀਓ ਬਾਰੇ ਅਨਾਊਂਸਮੈਂਟ ਕੀਤੀ ਗਈ ਸੀ, ਜਿਸ ਗਾਣੇ ਦਾ ਨਾਮ ਹੈ ਹੂ ਦੇ ਅਤੇ ਇਸ ਗਾਣੇ ਦੀ ਵੀਡੀਓ ਅੱਜ 5 ਵਜੇ ਆਊਟ ਹੋ ਚੁੱਕੀ ਹੈ ਅਤੇ ਗਾਣੇ ਦੀ ਵੀਡੀਓ ਕਰਨ ਮੱਲੀ ਵੱਲੋਂ ਬਣਾਈ ਗਈ ਹੈ ਅਤੇ ਤੁਹਾਨੂੰ ਪਤਾ ਹੀ ਹੈ ਕਿ ਕਰਨ ਮੱਲੀ ਵੱਲੋਂ ਅਕਸਰ ਹੀ ਵੀਡੀਓਸ ਵਿੱਚ ਡਿਫਰੈਂਟ ਕਨਸੈਪਟ ਯੂਜ਼ ਕੀਤਾ ਜਾਂਦਾ ਹੈ ਅਤੇ ਉੱਦਾਂ ਹੀ ਹੂ ਦੇ ਗਾਣੇ ਦੇ ਵਿੱਚ ਵੀ ਕੀਤਾ ਗਿਆ ਹੈ। ਹਾਂਜੀ, ਜਦੋਂ ਹੂ ਦੇ ਗਾਣੇ ਦੀ ਵੀਡੀਓ ਸਟਾਰਟ ਹੁੰਦੀ ਹੈ ਤਾਂ ਸਟਾਰਟਿੰਗ ਵਿੱਚ ਹੀ ਕਰਨ ਔਜਲਾ ਵੱਲੋਂ ਕਿਹਾ ਜਾਂਦਾ ਹੈ ਕਿ 20 ਦਿਨ ਮੈਂ ਐਲੇ ਵਿੱਚ ਹਾਂ ਅਤੇ 20 ਦਿਨਾਂ ਵਿੱਚ ਮੈਂ ਜੋ ਕੁਝ ਕਰੂੰਗਾ ਸਾਰਾ ਕੁਝ ਗਾਣੇ ਦੀ ਵੀਡੀਓ ਵਿੱਚ ਪਾਵਾਂਗੇ ਅਤੇ ਇਹ ਸਭ ਕੁਝ ਕਰਨ ਮੱਲੀ ਵੱਲੋਂ ਸ਼ੂਟ ਕੀਤਾ ਜਾਊਗਾ ਅਤੇ ਉੱਦਾਂ ਹੀ ਹੂ ਦੇ ਗਾਣੇ ਦੀ ਵੀਡੀਓ ਵਿੱਚ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਕਲਿਪਸ ਯੂਜ਼ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਦਿਨ ਸ਼ੁਮਨ ਗਿੱਲ ਅਤੇ ਕਰਨ ਔਜਲਾ ਦੋਵੇਂ ਇਕੱਠੇ ਹੋਏ ਸੀ, ਜਿਹੜੀਆਂ ਵੀਡੀਓਸ ਅਤੇ ਫੋਟੋਸ ਕਰਨ ਬਾਈ ਵੱਲੋਂ ਖੁਦ ਸ਼ੇਅਰ ਕੀਤੀਆਂ ਗਈਆਂ ਸੀ ਅਤੇ ਹੁਣ ਇਹ ਸਾਰੀਆਂ ਕਲਿਪਸ ਸਾਨੂੰ ਹੂ ਦੇ ਗਾਣੇ ਦੀ ਵੀਡੀਓ ਵਿੱਚ ਵੀ ਦੇਖਣ ਨੂੰ ਮਿਲੀਆਂ ਨੇ ਅਤੇ ਇਸ ਤਰ੍ਹਾਂ ਸ਼ੁਮਨ ਗਿੱਲ ਵੱਲੋਂ ਕਰਨ ਔਜਲਾ ਦੇ ਹੂ ਦੇ ਗਾਣੇ ਦੇ ਵਿੱਚ ਫੀਚਰ ਕੀਤਾ ਗਿਆ ਅਤੇ ਉੱਥੇ ਉਹ ਤੁਹਾਨੂੰ ਦੱਸ ਦਈਏ ਕਿ ਇੱਕ ਸੀਨ ਵਿੱਚ ਕਰਨ ਔਜਲਾ ਬੱਗੀ ਚਲਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਅਤੇ ਇਸ ਸੀਨ ਵਿੱਚ ਜਦੋਂ ਕਰਨ ਬਾਈ ਟਰਨ ਲੈਂਦਾ ਹੈ ਤਾਂ ਬੱਗੀ ਇੱਕਦਮ ਹੀ ਪਲਟ ਜਾਂਦੀ ਹੈ ਅਤੇ ਸੀਨ 'ਤੇ ਗਾਣਾ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਸਾਰੀ ਟੀਮ ਕਰਨ ਬਾਈ ਦੇ ਨੇੜੇ ਆਉਂਦੀ ਹੈ ਅਤੇ ਇਸ ਤੋਂ ਬਾਅਦ ਕਰਨ ਔਜਲਾ ਖੁਦ ਇਹ ਸ਼ੂਟ ਦੇਖਦਾ ਹੋਇਆ ਨਜ਼ਰ ਆਉਂਦਾ ਹੈ। ਸੋ ਕਰਨ ਬਾਈ ਨੂੰ ਕੋਈ ਵੀ ਸੀਰੀਅਸ ਇਸ਼ੂ ਨਹੀਂ ਹੋਇਆ। ਬਾਕੀ ਹੂ ਦੇ ਗਾਣੇ ਦੀ ਵੀਡੀਓ ਵਿੱਚ ਵੀ ਕਰਨ ਮੱਲੀ ਵੱਲੋਂ ਡਿਫਰੈਂਟ ਕਨਸੈਪਟ ਹੀ ਯੂਜ਼ ਕੀਤਾ ਗਿਆ ਹੈ ਅਤੇ ਤੁਹਾਨੂੰ ਗਾਣੇ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਕਰਨ ਬਾਈ ਨੇ ਤੋੜ ਤੇ ਵੱਡੇ ਰਿਕਾਰਡ ਤੇ ਹਨੀ ਸਿੰਘ ਦਾ ਆ ਰਿਹਾ ਕਲੈਪ ਸੌਂਗ, ਜਿਸ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।